ਟੈਕਸ ਚੋਰੀ ਦਾ ਇਨਕਸ਼ਾਫ ਹੋਇਆ ਹੈ تفصیلیات ਦੇ ਮੁਤਾਬਕ ਸਿਗਰਟ ਦੀ ਗੈਰ ਕਾਨੂੰਨੀ ਬ੍ਰਾਂਡਸ ਬਣਾਉਣ ਵਾਲੀ ਕੰਪਨੀਆਂ ਖੁਰਦਸਤਾਤੇ ਟੈਕਸ ਚੋਰੀ ਕਰਨ ਦੇ ਨਾਲ ਐਕਸਪੋਰਟ ਦੀ ਆਰ ਡਿਚ ਵੀ ਕੌਮੀ ਖਜ਼ਾਨੇ ਨੂੰ ਪਾਰੀ ਨੁਕਸਾਨ ਪਹੁੰਚਾ ਰਹੀਆਂ ਨੇ ਮਾਇਰਿੰਦੇ ਮੁਤਾਬਕ ਗੈਰ ਕਾਨੂੰਨੀ ਸਿਗਰਟ ਤਿਆਰ ਤੇ ਫਰੋਖ ਕਰਨ ਵਾਲੀ ਕੰਪਨੀਆਂ ਤੰਬਾਕੂ ਦੀ ਪ੍ਰੋਸੈਸਿੰਗ ਦੀ ਸਤਾਤੇ ਐਡਵਾਂਸ ਟੈਕਸ ਚੋਰੀ ਕਰਕੇ ਕੌਮੀ ਖਜ਼ਾਨੇ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਸਿਗਰਟ ਫਰੋਖ ਕਰਨ ਵਾਲੀ ਗ੍ਰੀਨ ਲੀਫ ਥਰਸ਼ਿੰਗ ਯੂਨਿਟਸ ਤੋਂ ਤੰਬਾਕੂ ਖਰੀਦੇ ਵੇਲੇ ਜ਼ਾਇਰ ਕਰ ਦੇਣੇ ਕਿ ਤੰਬਾਕੂ ਐਕਸਪੋਰਟ ਕੀਤੀ ਜਾਏਗੀ ਤਾਂ ਹਮ ਤੰਬਾਕੂ ਦੀ ਵਾਫਰ ਮਿqdaਰ ਐਡਵਾਂਸ ਟੈਕਸ ਦੀ ਅਦਾਇਗੀ ਦੇ ਬਿਨਾਂ ਲੋਕਲ ਮਾਰਕੀਟ 'ਚ ਵਿਰੋਹ ਕਰ ਦਿੱਤੀ ਜਾਂਦੀ ਹੈ ਮਾਇਰਿੰ ਦੇ ਮੁਤਾਬਕ ਹਕੂਮਤ ਨੇ ਗ੍ਰੀਨ ਲੀਫ ਥਰਸ਼ਿੰਗ ਯੂਨਿਟਸ ਤੋਂ ਤੰਬਾਕੂ ਦੀ ਖਰੀਦਾਰੀ ਤੇ 390 ਰੁਪਏ فی ਕਿਲੋ ਐਡਵਾਂਸ ਟੈਕਸ ਆਇਤ ਕੀਤਾ ਹੈ ਤਾਂ ਕਿ ਸਿਗਰਟ ਦੀ ਗੈਰ ਕਾਨੂੰਨੀ ਪਦਵਾਰ ਦੀ ਨਿਗਰਾਨੀ ਕਰਦੇ ਹੋਏ ਇਹਨੂੰ ਟੈਕਸ نیٹ 'ਚ ਲਾਇਆ ਜਾ ਸਕੇ ਇਹ ਐਡਜਸਟ ਕਰਾਇਆ ਜਾਣ ਵਾਲਾ ਟੈਕਸ ਹੈ ਜਿਸ ਦਾ ਬੋਝ ਫਾਰਮਰਸ ਤੇ ਨਹੀਂ ਪੈਂਦਾ ਤੇ ਸਿਗਰਟ ਮੈਨੂਫੈਕਚਰਰਸ ਨੂੰ ਵਸੂਲ ਕੀਤਾ ਜਾਂਦਾ ਹੈ सऊदी तो अरब यूक्रेन अमन लजाकरात दी मेजबानी करेगा गैर मुल्की मीडिया के मुताबिक सीनियर यूक्रेनी हुकाम ने दसिया कि सऊदी अरब एक समिट दी रहे जिसे की तैयारी कर रहा है जिस यूक्रेन के सदर विलादिमीर जलेंसकी मुल्क अमन लंसूबे मुतलक गलबात की जाएगी यूक्रेनी सदर के चीफ आफ स्टाफ आंद्रे परमैक ने कहा कि सऊदी अरब होने समिट कई मुमालिक हुकाम शरीक होने ਭਾਰਤ ਵਿੱਚ ਜੇਪੂਰ ਤੋਂ ਮੁੰਬਈ ਜਾਣ ਵਾਲੀ ਟ੍ਰੇਨ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਅਲਕਾਰ ਨੇ ਫਾਇਰਿੰਗ ਕਰਕੇ ਆਪਣੇ ਸੀਨੀਅਰ ਸਮੇਤ 4 ਅਫਰਾਦ ਨੂੰ ਹਲਾਕ ਕਰ ਦਿੱਤਾ ਭਾਰਤੀ ਮੀਡੀਆ ਦੇ ਮੁਤਾਬਕ ਆਰਪੀਐਫ ਅਲਕਾਰ ਨੇ ਜਲਦੀ ਟ੍ਰੇਨ ਵਿੱਚ ਫਾਇਰਿੰਗ ਕਰਕੇ 4 ਅਫਰਾਦ ਨੂੰ ਹਲਾਕ ਕੀਤਾ 33 ਸਾਲਾ ਕਾਂਸਟੇਬਲ ਚੇਤਨ ਸਿੰਘ ਨੇ ਪਹਿਲਾਂ ਆਪਣੇ 57 ਸਾਲਾ ਸੀਨੀਅਰ ਏਐਸਆਈ ਟੇਕਾ ਰਾਮ ਮੀਨਾ ਨੂੰ ਫਾਇਰਿੰਗ ਕਰਕੇ ਹਲਾਕ ਕੀਤਾ ਇਸ ਦੇ ਬਾਅਦ ਚੇਤਨ ਕੁਮਾਰ ਨੇ ਦੂਜੇ ਕੰਪਾਰਟਮੈਂਟ ਜਾ ਕੇ ਫਾਇਰਿੰਗ ਕੀਤੀ ਜਿਸ ਦੇ ਨਤੀਜੇ ਚਿਤਨ ਸ਼ੈਰੀ ਹਲਾਕ ਹੋਏ ਪਾਕਿਸਤਾਨ ਤੇ ਅਫਗਾਨਿਸਤਾਨ ਦੇ درمیان 3 ਮਨਡੇ ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ 22 ਤੋਂ 26 ਅਗਸਤ ਤੱਕ ਸ੍ਰੀਲੰਕਾ ਵਿੱਚ ਖੇਡੀ ਜਾਏਗੀ ਅਫਗਾਨ ਬੋਰਡ ਤਿੰਨ ਮੁਕਾਬਲਿਆਂ ਦੀ ਮੇਜ਼ਬਾਨੀ ਸ੍ਰੀਲੰਕਾ ਵਿੱਚ ਕਰੇਗਾ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਸੀਰੀਜ਼ ਦੀ ਤਸਦੀਕ ਕਰ ਦਿੱਤੀ ਹੈ ਤੇ ਸੀਰੀਜ਼ ਦਾ ਪਹਿਲਾ ਵਨ ਡੇ ਇੰਟਰਨੈਸ਼ਨਲ 22 ਅਗਸਤ ਨੂੰ ਹੰਬਨ ਟੋਟਾ ਵਿੱਚ ਖੇਡਿਆ ਜਾਏਗਾ ਤੇ ਦੂਜਾ ਵਨ ਡੇ ਵੀ 24 ਅਗਸਤ ਨੂੰ ਹੰਬਨ ਟੋਟਾ ਵਿੱਚ ਹੋਵੇਗਾ ਕੋਲੰਬੋ 26 ਅਗਸਤ ਨੂੰ ਤੀਜੇ ਤੇ ਆਖਰੀ ਵਨ ਡੇ ਇੰਟਰਨੈਸ਼ਨਲ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨੀ ਟੀਮ 17 ਅਗਸਤ ਨੂੰ ਸ੍ਰੀਲੰਕਾ ਪਹੁੰਚੇਗੀ 19 ਤੇ 21 ਅਗਸਤ ਤੱਕ ਹੰਬਨਟੋਟਾ 'ਚ ਟ੍ਰੇਨਿੰਗ ਕਰੇਗੀ ਪਾਕਿਸਤਾਨੀ ਟੀਮ 27 ਅਗਸਤ ਨੂੰ ਵਤਨ ਵਾਪਸ ਰਵਾਨਾ ਹੋਵੇਗੀ ਯਾਦ ਰੱਖੇ ਕਿ ਪਾਕਿਸਤਾਨ ਇਸ ਵੇਲੇ ਆਈਸੀਸੀ ਦੀ ਆਲਮੀ ਵਨਡੇ ਰੈਂਕਿੰਗ ਵਿੱਚ ਦੂਜੇ ਨੰਬਰ ਤੇ ਤੇ ਅਫਗਾਨਿਸਤਾਨ ਦਾ ਨੰਬਰ 8ਵਾਂ ਹੈ ਚੀਨੀ ਸਦਰ ਸ਼ੀ ਜਿੰਪਿੰਗ ਨੇ 31 ਜੁਲਾਈ ਨੂੰ ਚੀਨ ਪਾਕਿਸਤਾਨ ਇਕਤਸਾਦੀ ਰਾਪਦਾਰੀ ਦੇ ਆਗਾਜ਼ ਦੀ 10ਵੀਂ ਸਾਲਗਿਰਾ ਦੇ ਮੌਕੇ ਤੇ ਮੁਨਕਿਦਾ ਤਕਰੀਬ ਦੇ ਨਾਂ ਤਹਿਨੀਤੀ ਪੈਗਾਮ ਭੇਜਿਆ ਹੈ ਤੇ ਚੀਨੀ ਸਦਰ ਸ਼ੀ ਜਿੰਪਿੰਗ ਨੇ ਆਪਣੇ ਤਹਿਨੀਤੀ ਪੈਗਾਮ ਵਿੱਚ ਨਿਸ਼ਾਨਦੇਹੀ ਕੀਤੀ ਹੈ ਕਿ ਚੀਨ ਪਾਕ ਇਕਤਸਾਦੀ ਰਾਦਾਰੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਅਹਿਮ ਤਰੀਨ ਅਵਲੀਨ ਮਨਸੂਬਾ ਹੈ 2013 ਵਿੱਚ ਇਸ ਤਫਤਦਾਤ ਨੂੰ ਲੈ ਕੇ ਹੁਣ ਤੱਕ ਦੋਹਾਂ ਮਮਾਲਿਕ ਮੁਸ਼ਤਰਕਾ ਮਸ਼ਾਵਰਤ ਮਸ਼ਤਰਕਾ ਤਾਮੀਰ ਤੇ ਮਸ਼ਤਰਕਾ ਸ਼ੇਅਰਿੰਗ ਦੇ ਅਸੂਲਾਂ ਦੇ ਮੁਤਾਬਕ ਸੀ ਪੈਕ ਮਨਸੂਬਿਆਂ ਦੀ ਤਾਮੀਰ ਨੂੰ ਅੱਗੇ ਵਧਾ ਰਹੇ ਨੇ ਤੇ ਮੁਤੱਦਦ ਇbtedਾਈ ਸਮਰਾਤ ਹਾਸਲ ਕੀਤੇ ਗਏ ਨੇ ਜਿਨ੍ਹਾਂ ਦੀ ਬਦੌਲਤ ਨਾ ਸਿਰਫ ਪਾਕਿਸਤਾਨ ਦੀ ਇਕਤਸਾਦੀ ਤੇ ਸਮਾਜੀ ਤਰੱਕੀ ਨੂੰ ਨਵੀਂ ਕੂਵਤ ਤੇ ਮਹਰਕਾ ਮਿਲੀ ਹੈ ਬਲਕਿ ਖਿੱਤੇ 'ਚ ਬਾਮੀ ਰਾਪਤੇ ਤੇ ਇਨਜ਼ਮਾਮ ਦੇ ਅਮਲ ਲਈ ਚੰਗੀ ਬੁਨਿਆਦ ਪਾਈ ਗਈ ਹੈ ਉਹਨਾਂ ਨੇ ਕਿਹਾ ਕਿ ਚੀਨ ਪਾਕ ਇਕਤਸਾਦੀ ਰਾਦਾਰੀ ਚੀਨ ਤੇ ਪਾਕਿਸਤਾਨ ਦੇ ਦਰਮਿਆਨ ਚਾਰਾ ਮੌਸਮਾਂ ਦੀ ਦੋਸਤੀ ਦਾ ਜਿੱਤਾਂ ਜਾਗ ਦਾ ਸਬੂਤ ਬਣ ਗਈ ਹੈ ਰਾਦਾਰੀ ਦੋਆ ਮਮਾਲਿਕ ਦੇ ਦਰਮਿਆਨ ਨਵੇਂ ਦੌਰ ਵਿੱਚ ਕਰੀਬ ਤਰ ਚੀਨਪਾਕ ਹਮ ਨਸੀਬ ਮਾਸ਼ਰਾ ਤਸ਼ਕੀਲ ਦੇਣ ਵਿੱਚ ਆਮ ਹਮਾਇਤ ਵੀ ਫਰਾਮ ਕਰ ਚੁੱਕੀ ਹੈ ਹੁਣ ਤੱਕ ਇਤਨਾ ਹੀ ਮਜ਼ੀਦ ਖਬਰਾਂ ਤੇ ਅਪਡੇਟਸ ਲਈ ਸਾਡੇ ਨਾਲ ਰਹੋ ਤੇ ਵੇਖਦੇ ਰਹੋ ਦੇਸੀ ਟੀਵੀ ਯੂ ਐਸ اے ਤੇ ਡੀ ਟੀਵੀ ਐਨ ਐਨ